ਸਟੂਡੈਂਟਸ ਹਾਊ ਆਰ ਯੂ ਆਈ ਹੋਪ ਯੂ ਆਲ ਆਰ ਫਾਈਨ ਬੇਟਾ ਇਹ ਤੁਹਾਡੀ ਪੰਜਾਬੀ ਦੀ ਪਾਠ ਪੁਸਤਕ ਗਿਆਨ ਦੇਸ਼ਮਾ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾ ਪਾਠ ਦੂਜਾ ਰੁੱਸੇ ਹੋਏ ਦੰਦ ਪੜਾ ਚੁੱਕੀ ਹਾਂ ਅੱਜ ਅਸੀਂ ਇਸ ਦਾ ਪੁਸਤਕ ਅਭਿਆਸ ਕਰਨ ਜਾ ਰਹੇ ਹਾਂ ਪਾਠ ਦਾ ਅਭਿਆਸ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਬੱਚੇ ਧਿਆਨ ਨਾਲ ਸੁਣੋਗੇ ਦੇਖੋ ਬੇਟਾ ਕੁਐਸਚਨ ਨੰਬਰ हेठਾਂ ਦਿੱਤੇ ਪ੍ਰਸ਼ਨਾਂ ਦੇ ਸਹੀ ਉੱਤਰ ਚੁਣੋ ਫਿਰ ਦਿੱਤੇ ਹੋਏ ਖਾਨਿਆਂ ਵਿੱਚ ਸਹੀ ਤਾਂ ਨਿਸ਼ਾਨ ਲਗਾਓ ਰਾਹੁਲਾ ਕੌਣ ਰਸ ਗਿਆ ਦੰਦ ਦੰਤ ਟਿਕ ਲਾਓ ਬੇਟਾ ਠੀਕ ਤਰ੍ਹਾਂ ਬੋਲਣ ਵਿੱਚ ਕੌਣ ਸਹਾਇਤਾ ਕਰਦਾ ਹੈ ਦੰਦ ਦੰਦਾਂ ਦੀ ਵਰਜਸ਼ ਕਿਵੇਂ ਹੁੰਦੀ ਹੈ ਸਖਤ ਚੀਜ਼ਾਂ ਖਾਣ ਨਾਲ ਰਾਹੁਲ ਨੇ ਜੋ ਵੇਖਿਆ ਕੀ ਸੀ ਇੱਕ ਸੁਪਨਾ ਬੇਟਾ ਪੇਜ ਨੰਬਰ 9 ਤੇ ਆਓ ਵੈਰੀ ਗੁੱਡ ਕੁਸਚਨ ਨੰਬਰ 3 ਸਾਮਣੇ ਦਿੱਤੀਆਂ ਬ੍ਰੈਕਟਾਂ ਵਿੱਚੋਂ ਸਹੀ ਸ਼ਬਦ ਚੁਣ ਕੇ ਖਾਲੀ ਥਾਂਵਾਂ ਪਰੋ ਸਾਰੇ ਤੰਦਰ ਨਿਕਲ ਕੇ ਡੈਸ਼ ਟਰਪੈਨ ਬਾਹਰ ਵੱਲ ਰਾਹੁਲ ਨੇ ਘਬਰਾ ਕੇ ਆਪਣਾ ਮੂੰਹ ਪਪੋਲੇ ਪਪੋਲੇ ਟਿੱਕਰ ਬੇਟਾ ਵੈਰੀ ਗੁੱਡ ਕੁਝ ਖਾਂ ਪਿੱਛੇ ਡੈਸ਼ ਜ਼ਰੂਰ ਕਰਨੀ ਚਾਹੀਦੀ ਹੈ ਚੂਲੀ ਮਸੂੜੀਆਂ ਵਿੱਚ ਡੈਸ਼ ਪੈ ਸਕਦੀ ਹੈ ਪੀ ਸਖਤ ਪਦਾਰਤ ਖਾਣ ਨਾਲ ਡੈਂਟਿ ਵਰਡਸ਼ ਹੋ ਜਾਂਦੀ ਹੈ ਦੰਦਾਂ ਬੇਟਾ ਨਾਊ ਯੂ ਓਪਨ ਪੇਜ ਨੰਬਰ 10 ਕਵੈਸਚਨ ਨੰਬਰ 5 ਹੇਠ ਦਿੱਤੇ ਵਾਕਾਂ ਅੱਗੇ ਸਹੀ ਅਤੇ ਗਲਤ ਵਾਕਾਂ ਅੱਗੇ ਕਰਾਸ ਦਾ ਨਿਸ਼ਾਨ ਲਗਾਓ ਇੱਕ ਦਿਨ ਬੜੀ ਅਜੀਬ ਗੱਲ ਹੋਈ ਰਾਹੁਲ ਦੇ ਦੰਦ ਰਾਹੁਲ ਨਾ ਰੁਸ ਗਏ ਟਿਕ ਦੰਦਾਂ ਤੋਂ ਬਿਨਾਂ ਰਾਹੁਲ ਦਾ ਮੂੰਹ ਦਾਦੀ ਵਰਗਾ ਹੋ ਗਿਆ ਕਰਾਸ ਖਾਣਾ ਖਾਣ ਪਿਛੋਂ ਚੁਲੀ ਜ਼ਰੂਰ ਕਰਨੀ ਚਾਹੀਦੀ ਹੈ ਟਿਕ ਸਾਨੂੰ ਹਰ ਰੋਜ਼ ਦੋਵਾਰ ਬੁਰਸ਼ ਕਰਨਾ ਚਾਹੀਦਾ ਹੈ ਟਿਕ ਦੰਦਾਂ ਨੂੰ ਮਜ਼ਬੂਤ ਕਰਨ ਲਈ ਸਖਤ ਪਦਾਰਥ ਖਾ ਕੇ ਦੰਦਾ ਦੀ ਵਰਜਿਸ਼ ਕਰਨੀ ਜ਼ਰੂਰੀ ਹੈ ਟਿਕ ਯੈਸ ਬੇਟਾ ਬੇਟਾ ਹੁਣ ਆਜੋ ਤੁਸੀਂ ਜਿਵੇਂ ਲਿਖਿਆ ਹੋਇਆ ਹੈ ਉਹਨੇ ਵਿਆਕਰਣ ਕੁਐਸਚਨ ਨੰਬਰ 1 ਹੇਠਾਂ ਦਿੱਤੇ ਸ਼ਬਦਾ ਮੁਹਾਵਰੀਆਂ ਦਾ ਉਹਨਾਂ ਦੇ ਸਹੀ ਅਰਥਾਂ ਨਾਲ ਮਿਲਾਨ ਕਰੋ ਸਹਿਮ ਜਾਣਾ डर जाना नंबर वन पाओ बेटा वेरी गुड हाक मारनी आवाज़ मारनी नंबर टू अनसुनी करनी ध्यान ना देना नंबर थ्री सूझबूझ दिखाना समझदारी दिखाना नंबर फोर मुंह मोड़ लेना साड़ देना नंबर फाइव मुद्दे मुँह डिगना